ਗੱਡੀ ਹੁੰਦੀ ਹੈ ਨਾ, ਤੁਸੀਂ ਪਾਓ ਜੀ ਇੱਥੇ ਰਿਹਾ ਜੀ। ਉਹਨਾਂ ਦੀ ਕੱਲੇ ਦੀ ਲੱਗੂ। ਉਧਰੋਂ ਲਿਆਉਂਦੇ ਵੀ ਕਰ ਲਓ, ਉਧਰੋਂ ਲਿਆਉਂਦੇ ਵੀ ਆ ਜਾਓ। ਮੁਕਦਮਾ ਨੰਬਰ 21 ਮੇਰੇ ਪਾਸ ਪਾਲਾ ਸਿੰਘ ਮਦਈ ਨੇ ਕੰਪਲੇਂਟ ਕੀਤੀ ਸੀ ਕਿ SI ਓਮ ਪ੍ਰਕਾਸ਼ CIA ਉਸ ਨੇ ਉਸਦਾ ਮੋਟਰਸਾਈਕਲ ਜੋ ਨਜਾਇਜ਼ ਕਬਜ਼ੇ ਵਿੱਚ ਲਿਆ ਸੀ ਉਸ ਨੂੰ ਛੱਡਣ ਬਦਲੇ 10,000 ਰੁਪਈਏ ਲੈ ਉਸ ਪਾਸੋਂ ਸ਼ੇਰ ਸ਼ਾਹ ਵਾਲੀ ਚੌਂਕ ਲੈ ਰਿਹਾ ਸੀ ਜਿਸ ਨੂੰ ਅਸੀਂ ਰੰਗੇ ਹੱਥੀ ਕਬਜ਼ਾ। ਸਰ ਇੱਕ ਜਿਹੜੀ ਇਹਦੇ ਘਰੇ ਰੇਡ ਮਾਰੀ ਹੈ ਸਬ ਇੰਸਪੈਕਟਰ ਦੇ ਘਰੇ, ਉੱਥੋਂ ਕੀ ਬਰਾਮਦਗੀ ਹੈ ਜੀ? ਇਹਦੇ ਘਰੋਂ ਕੋਈ ਇਤਰਾਜ਼ਯੋਗ ਚੀਜ਼ ਨਹੀਂ ਬਰਾਮਦ। ਸੂਤਰਾਂ ਤੋਂ ਪਤਾ ਲੱਗਿਆ ਹੈਗਾ ਵੀ 4 ਪੇਟੀਆਂ ਸ਼ਰਾਬ ਦੀਆਂ ਨਜਾਇਜ਼ ਤੇ 1.5 ਗ੍ਰਾਮ ਹੀਰੋਇਨ ਬਰਾਮਦ ਕੀਤੀ। ਨਹੀਂ ਜੀ, ਇਸਦੇ ਘਰ ਦੇ ਵਿੱਚੋਂ ਕੋਈ ਇਤਰਾਜ਼ਯੋਗ ਚੀਜ਼ ਨਹੀਂ ਬਰਾਮਦ ਹੋਈ, ਲੇਕਿਨ ਜਿਹੜੀ ਹੈਰੋਇਨ 1.5 ਗ੍ਰਾਮ ਉਹ ਜਿਸ ਗੱਡੀ 'ਤੇ ਇਹ ਰਿਸ਼ਵਤ ਲੈਣ ਵਾਸਤੇ ਆਇਆ ਸੀ ਸ਼ੇਰ ਸ਼ਾਹ ਵਾਲੀ ਚੌਂਕ, ਉਸ ਦੇ ਡੈਸ਼ਬੋਰਡ ਵਿੱਚੋਂ ਬਰਾਮਦ ਹੋਈ ਸੀ, ਜੋ ਇਸ ਦੀ ਨਿਸ਼ਾਨਦੇਹੀ ਬਰਾਮਦ ਹੋਈ ਸੀ। ਪਾਲਾ ਸਿੰਘ ਜੀ, ਇਹ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਰਿਸ਼ਵਤ ਦਾ ਲੈ ਕੇ, ਇਹ ਕੀ ਮਾਮਲਾ ਸੀ ਔਰ ਕੀ? ਸਾਡੇ ਘਰ ਇਹਨੇ ਰੇਡ ਕੀਤਾ ਹੈ, ਮਹੀਨਾ ਹੋ ਚੱਲਿਆ ਤੇ ਇਹਨੇ ਸਾਡੇ ਘਰ ਤਲਾਸ਼ੀ ਲਈ ਕੋਈ ਚੀਜ਼ ਨਹੀਂ ਮਿਲੀ, ਸਾਡੇ ਮੋਟਰਸਾਈਕਲ ਇਹਨੇ ਲੈ ਜਾਂਦਾ ਚੁੱਕੇ, ਮੁੜ ਕੇ ਇਹਨੂੰ ਅਸੀਂ ਆਣ ਕੇ ਮੁੰਡੇ ਡੈਥ ਹੋ ਗਈ, ਮੁੜ ਕੇ ਸਾਡੇ ਮਹੀਨਾ ਆਇਆ ਨਹੀਂ ਗਿਆ, ਮਹੀਨੇ ਤੋਂ ਬਾਅਦ ਆਏ ਹਾਂ ਅਤੇ ਹੁਣ ਮੋਟਰਸਾਈਕਲ ਦੇ ਰੁਪਈਏ ਮੰਗਣ ਲੱਗ ਪਿਆ ਵੀ ਪੈਸੇ ਦਿਓ ਮੋਟਰਸਾਈਕਲ ਲੈ ਜਾਓ, ਅਤੇ 15,000 'ਚ ਗੱਲ ਹੋਈ ਅਤੇ 10,000 ਰੁਪਈਆ ਨੂੰ ਦਿੱਤਾ। ਉਹ ਇਹਨਾਂ ਤੋਂ ਜਿਵੇਂ ਇਹਨਾਂ ਨੇ ਅਫਸਰਾਂ ਨਾਲ ਗੱਲ ਕਰਕੇ ਦਿੱਤੇ ਨੇ ਉਹ। ਅਤੇ ਇਹ ਇਹ ਕੀ ਨਾਮ ਕੀ ਸੀ ਇਹਦੇ? ਨਾ ਜੀ, ਓਮ ਪ੍ਰਕਾਸ਼ ਹਾਂਡਾ। ਅੱਛਾ, ਇਹ ਕਿੱਥੇ ਲੱਗੇ? ਕਿੱਥੇ? ਇਹ ਸੀਗੇ ਸਟਾਫ 'ਚ। ਅੱਛਾ, ਅੱਗੇ ਵੀ ਇਹ ਮਤਲਬ ਆਏ ਤੁਹਾਡੇ ਪਿੰਡ ਦੇ ਜੀ? ਅੱਗੇ ਵੀ ਜ਼ਿਆਦਾ ਰੇਡ ਰੂਡ ਅੱਗੇ ਵੀ ਕਰਦਾ। ਅੱਛਾ, ਪਰ ਜਦੋਂ ਇਹ ਰੇਡ ਮਾਰਨ ਕੀ ਮਕਸਦ ਕੀ ਸੀ? ਬਸ ਕਦੀ ਐਵੇਂ ਸਾਨੂੰ ਤਾਂ ਲਿਆ ਜੀ ਤਾਂ ਕਰੀ ਜਾਂਦਾ ਸੀ ਮੁੰਡਾ, ਇੱਕ ਸਾਡਾ ਨਸ਼ਾ ਨੁਸ਼ਾ ਦਾ ਭੁੰਗਾ ਹੀ ਹੁੰਦਾ ਅਤੇ ਉਹਨੂੰ ਐਂ ਕਰਦਾ ਜੀ ਫਲਾਣ ਕਰਦਾ, ਇਹ ਜੀ ਲੱਗ ਗਿਆ ਉਹਨੂੰ ਨਸ਼ਾ ਹੋਣ ਅਤੇ ਅਸੀਂ ਕੀ ਕਰੀਏ। ਇਹ 2-3 ਵਾਰ ਅੱਗੇ ਵੀ ਸਗੋਂ ਨੇ ਸਾਡੇ ਤੋਂ ਰੁਪਈਏ ਇਸ ਤਰ੍ਹਾਂ ਹੀ ਹੁੰਦੇ ਮੁੰਡੇ ਨੂੰ ਲਿਆ ਕੇ ਫੜ ਕੇ ਅਤੇ ਲਏ ਨੇ